ਤੁਸੀਂ ਹੁਣੇ ਹੁਣੇ ਵੀਡੀਓ 'ਚ ਦੇਖਿਆ ਕਿ DSP ਸਾਹਿਬ ਗੱਲ ਕਰਕੇ ਗਏ ਬੜੈਣ ਸਾਹਿਬ ਨਾਲ, ਪੁੱਛ ਲੈਂਦੇ ਬੜੈਣ ਸਾਹਿਬ ਕੀ ਗੱਲ ਹੋਈ ਹੈ, DSP ਸਾਹਿਬ ਕੀ ਕਹਿ ਕੇ ਗਏ ਤੁਹਾਨੂੰ? DSP ਸਾਹਿਬ ਦਾ ਇਹੀ ਪੁੱਛਦੇ ਸੀ ਵੀ ਕੀ ਪ੍ਰੋਗਰਾਮ ਹੈ ਤੁਹਾਡਾ ਜੀ, ਅਤੇ ਸਾਡਾ ਪ੍ਰੋਗਰਾਮ, ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਹੈ ਜਿਹੜਾ ਉਹਨਾਂ ਦੇ ਘਰ ਦੇ ਮੂਹਰੇ ਕਰਾਂਗੇ, ਉਹਨਾਂ ਮਾਣਕ ਦੇ ਜੀ, ਅਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਮੂਹਰੇ ਜਗ੍ਹਾ ਖਾਲੀ ਪਈ ਆ, ਉੱਥੇ ਤੁਹਾਨੂੰ ਬੈਠਣ ਦਾ ਅਰੇਂਜਮੈਂਟ ਕਰ ਦਿੰਦੇ ਹਾਂ ਉਹਨਾਂ ਦੇ ਘਰ ਦੇ ਅੱਗੇ, ਵੀ ਤੁਸੀਂ ਉੱਥੇ ਆਪਣਾ ਕਰ ਸਕਦੇ ਹੋ ਜੀ। ਜੀ ਚਲੋ, ਇਹ ਬਹੁਤ ਚੰਗੀ ਗੱਲ ਹੈ ਜੀ ਕਿ ਸ਼ਾਂਤਮਈ ਢੰਗ ਨਾਲ ਉਹਨਾਂ ਦੇ ਘਰ ਦੇ ਸਾਹਮਣੇ ਜਿਹੜੀ ਜਗ੍ਹਾ ਆ ਉਹ ਦੇ ਦਿੱਤੀ ਗਈ ਹੈ, ਉੱਥੇ ਜਿਹੜਾ ਹੁਣ ਇਹ ਪ੍ਰੋਟੈਸਟ ਹੋਵੇਗਾ। ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪੁਲਿਸ ਆਪਣਾ ਰੋਲ ਬਹੁਤ ਅੱਛਾ ਨਿਭਾ ਰਹੀ ਹੈ ਤਾਂ ਕਿ ਦੋਨੇ ਪਾਸੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਔਰ ਹਰ ਇੱਕ ਦਾ ਕੇਅਰ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਚੰਗੀ ਗੱਲ ਹੈ, ਲੇਕਿਨ ਇਹ ਧਰਨਾ ਵੀ ਨੈਤਿਕਤਾ ਦੇ ਨਾਲ ਸ਼ੁਰੂ ਹੋਇਆ। ਉੱਥੋਂ ਵੀ ਜਦੋਂ ਤੁਰੇ ਸੀ ਤਾਂ ਇਹਨਾਂ ਨੇ ਇਹ ਸਪੀਚ ਕੀਤੀ ਸੀਗੀ ਕਿ ਅਸੀਂ ਬੜੀ ਨੈਤਿਕਤਾ ਦੇ ਨਾਲ ਜਿਹੜਾ ਜਾਣਾ, ਡਿਸਿਪਲਿਨ ਦੇ ਨਾਲ ਜਾਣਾ, ਅਨੁਸ਼ਾਸਨ ਦੇ ਨਾਲ ਜਾਣਾ। ਪਿਛਲੇ 3-4 ਮਹੀਨੇ ਤੋਂ ਜਦੋਂ ਤੋਂ ਇਹ ਪ੍ਰੋਟੈਸਟ ਚੱਲ ਰਿਹਾ ਹੈ, ਪੱਤਾ ਤੱਕ ਨਹੀਂ ਤੋੜਿਆ ਗਿਆ, ਕਿਸੇ ਦੀ ਉਂਗਲ ਨੂੰ ਚੀਰਾ ਤੱਕ ਨਹੀਂ ਦਿੱਤਾ ਗਿਆ, ਤਾਂ ਇਸੇ ਤਰ੍ਹਾਂ ਇਸੇ ਜਿਹੜਾ ਇਹ ਮਾਰਚ ਆ ਇਹਨੂੰ ਵੀ ਬੜੇ ਸ਼ਾਂਤਮਈ ਢੰਗ ਨਾਲ ਰੱਖਣਾ ਤਾਂ ਕਿ ਕਿਸੇ ਨੂੰ ਕੋਈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਈ ਪ੍ਰੋਬਲਮ ਨਾ ਆਵੇ, ਕੋਈ ਟ੍ਰਬਲ ਨਾ ਆਵੇ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਜਿਹੜਾ ਅਲਾਓ ਵੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ, ਉਹਨਾਂ ਦੇ ਘਰ ਦੇ ਸਾਹਮਣੇ ਜਿਹੜੀ ਜਗ੍ਹਾ ਹੈ ਉਹ ਦੇ ਦਿੱਤੀ ਗਈ ਹੈ, ਉੱਥੇ ਜਿਹੜਾ ਹੁਣ ਬਹਿ ਕੇ ਆਪਣਾ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਸਕਦੇ ਨੇ। ਔਰ ਮੈਂ ਜਿਹੜਾ ਇੱਥੇ ਕਿਸੇ ਦੀਪ ਸਾਹਿਬ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਦੀਪ ਹੋਣਾ ਦਾ ਬਹੁਤ ਵੱਡਾ ਯੋਗਦਾਨ ਹੈ। ਦੀਪ ਸਾਹਿਬ, ਪਰਮਿਸ਼ਨ ਮਿਲ ਗਈ ਹੈ ਜੀ ਕਿ ਸਾਹਮਣੇ ਸ਼ਾਂਤਮਈ ਢੰਗ ਨਾਲ ਬਹਿ ਕੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਘਰ ਦੇ ਬਾਹਰ, ਕਿਵੇਂ ਦੇਖਦੇ ਹੋ? ਦੇਖੋ, ਸਾਡਾ ਪ੍ਰੋਗਰਾਮ ਕੋਈ ਭੰਨ ਤੋੜ ਕਰਨਾ ਨਹੀਂ ਹੈ, ਸਾਡਾ ਪ੍ਰੋਗਰਾਮ ਜਿਹੜੀਆਂ 32 ਕਿਸਾਨ ਜਥੇਬੰਦੀਆਂ ਦੀ ਕਾਲ ਹੈ, ਅੱਜ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਅਤੇ ਭਾਜਪਾ ਦੇ ਦਫ਼ਤਰਾਂ ਦਾ ਘਿਰਾਓ, ਉਹ ਕਾਲ ਹੈ, ਉਹਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਆਪਣੇ ਵਿਚਾਰ ਰੱਖਾਂਗੇ, ਆਪਣਾ ਗੁੱਸਾ ਜ਼ਾਹਰ ਕਰਾਂਗੇ। ਇਹਨਾਂ 3 ਖੇਤੀ ਕਾਨੂੰਨਾਂ ਦੇ ਖਿਲਾਫ਼ ਅਸੀਂ ਹੁਣ ਵੀ ਮੰਗ ਕਰਦੇ ਹਾਂ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਮੋਦੀ ਸਰਕਾਰ ਨੂੰ ਇਹ ਜਿਹੜੇ 3 ਕਾਲੇ ਕਾਨੂੰਨ ਹੈ, ਬਿਜਲੀ ਬਿੱਲ 220 ਹੈ, ਇਹਨੂੰ ਫੌਰੀ ਤੌਰ 'ਤੇ ਰੱਦ ਕਰ ਦੇਣਾ ਚਾਹੀਦਾ, ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਲੋਕਾਂ ਲਈ ਹੁੰਦੀ ਹੈ, ਇੰਨਾ ਅੜੀਅਲ ਰਵੱਈਆ ਮੋਦੀ ਸਰਕਾਰ ਨੂੰ ਨਹੀਂ ਅਪਣਾਉਣਾ ਚਾਹੀਦਾ, ਨਹੀਂ ਤਾਂ ਗੁੱਸਾ ਜਿਹੜਾ ਲੋਕਾਂ ਦਾ ਇਹ ਹੋਰ ਤਿੱਖਾ ਹੁੰਦਾ ਜਾਊਗਾ। ਲੋਕੀ ਬੜੇ ਸਬਰ ਨਾਲ, ਬੜੇ ਸੰਜਮ ਨਾਲ ਬੈਠੇ ਆ।
ਅਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਬੜੇ ਥਰਮੇ ਨਾਲ ਕਰ ਰਹੇ ਹਾਂ, ਔਰ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ, ਲੋਕਾਂ ਦਾ ਭਵਿੱਖ, ਕਿਸਾਨਾਂ ਦਾ ਭਵਿੱਖ ਔਰ ਦੇਸ਼ ਦਾ ਭਵਿੱਖ ਇਹਨਾਂ ਨਾਲ ਜੁੜਿਆ ਹੋਇਆ। ਕੈਮਰਾਮੈਨ ਕਹੂੰਗਾ ਉੱਧਰ ਦਿਖਾ ਦਿਓ, ਸੁਰੱਖਿਆ ਦੇ ਇੰਤਜ਼ਾਮ ਜਿਹੜੇ ਪੂਰੇ ਕੀਤੇ ਗਏ ਨੇ ਉੱਧਰ ਦਿਖਾ ਦਿਓ, ਫਾਇਰ ਬ੍ਰਿਗੇਡ ਦੀ ਵੀ ਜਿਹੜੀ ਗੱਡੀ ਹੈ, ਇੱਧਰ ਪੁਲਿਸ ਵੀ ਦਿਖਾ ਦਿਓ, ਔਰ ਜੀ ਦੀਪ ਸਾਹਿਬ ਤੁਸੀਂ ਗੱਲ ਆਪਣੀ ਜਾਰੀ ਰੱਖੋ ਜੀ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਸਮਝੇ। ਜਦੋਂ ਲੋਕ ਚਾਹੁੰਦੇ ਆ, ਕਿਸਾਨ ਚਾਹੁੰਦੇ ਇਹਨਾਂ ਕਾਨੂੰਨਾਂ ਦੀ ਸਾਨੂੰ ਲੋੜ ਨਹੀਂ, ਤਾਂ ਇਹ ਉਹ ਤਾਂ ਮੰਨਦੇ ਹੀ ਨਹੀਂ, ਕਹਿੰਦੇ ਕਿਸਾਨ ਹੈ ਹੀ ਨਹੀਂ, ਜੇ ਕਿਸਾਨ ਨਹੀਂ ਹੈ ਤਾਂ ਹੁਣ ਕੌਣ ਇਹ ਜਿਹੜਾ ਰੋਸ ਪ੍ਰਦਰਸ਼ਨ ਲੈ ਕੇ ਪਹੁੰਚ ਕੌਣ ਰਿਹਾ ਹੈ। ਇਹ ਸਿਰੇ ਦੀ ਝੂਠੀ ਤੇ ਮਕਾਰ ਸਰਕਾਰ ਆ, ਇੱਕ ਤੋਂ ਬਾਅਦ ਇੱਕ ਝੂਠ ਬੋਲੀ ਜਾਂਦੀ ਹੈ, ਸੱਚੇ ਦੇ ਨੇੜੇ ਤੇੜੇ ਨਹੀਂ ਹੈ। ਜੇ ਇਹਨੂੰ ਕਿਸਾਨ ਕਿਸਾਨੀ ਦੇ ਰੂਪ ਚ ਨਜ਼ਰ ਨਹੀਂ ਆਉਂਦੇ, ਹੋਰ ਦੇਸ਼ ਦੀ ਜਨਤਾ ਇਹਨਾਂ ਨੂੰ ਨਜ਼ਰ ਕਿੱਥੋਂ ਆਊਗੀ। ਹੁਣ ਇੱਥੇ ਕਿੰਨੀ ਦੇਰ ਬੈਠਣ ਦਾ ਜਿਹੜਾ ਤੁਹਾਡਾ ਪਲਾਨ ਹੈ ਜੀ? ਸਾਡਾ ਪ੍ਰੋਗਰਾਮ ਬੀਜੇਪੀ ਦੀ ਜਿਹੜੀ ਜ਼ਿਲ੍ਹਾ ਪ੍ਰਧਾਨ ਹੈ ਔਰ ਉਹਦੇ ਘਰ ਦੇ ਘਰਾਹ ਦਾ ਪ੍ਰੋਗਰਾਮ ਆ, ਔਰ ਉਹ ਲਾਗੂ ਕਰਾਂਗੇ ਅਸੀਂ, ਉਧਰ ਨੂੰ ਵੱਧ ਰਹੇ ਹਾਂ, ਇਹ ਜ਼ਰੂਰ ਘਰਾਉ ਕੀਤਾ ਜਾਊਗਾ। ਅਤੇ ਹੁਣ ਇੱਥੇ ਬਹਿ ਕੇ ਸਪੀਚਸ ਵੀ ਹੋਣਗੀਆਂ ਕਿ ਸਿੰਪਲ ਸ਼ਾਂਤਮਈ ਢੰਗ ਨਾਲ ਬਸ ਬੈਠੋਗੇ? ਬੁਲਾਰੇ ਆਪਣੇ ਵਿਚਾਰ ਵੀ ਰੱਖਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਪ੍ਰੋਟੈਸਟ ਕਾਹਦੇ ਲਈ ਹੋ ਰਿਹਾ, ਦੇਸ਼ ਦਾ ਕਿਸਾਨ ਕੀ ਚਾਹੁੰਦਾ, ਦੇਸ਼ ਦੇ ਮਜ਼ਦੂਰ ਕੀ ਚਾਹੁੰਦੇ ਆ, ਇਹ ਦੱਸਿਆ ਜਾਊਗਾ। ਬੁਲਾਰੇ ਆਪਣੇ ਵਿਚਾਰਾਂ ਨੂੰ ਦੱਸਣਗੇ, ਵਿਚਾਰ ਵੀ ਰੱਖੇ ਜਾਣਗੇ, ਤਾਂ ਕਿ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਵੀ ਰੱਖੇ ਜਾਣਗੇ ਤਾਂ ਕਿ ਉਹਨਾਂ ਵਿੱਚ ਜੋਸ਼ ਹੋਰ ਭਰਿਆ ਜਾਵੇ। ਸੋ ਤੁਸੀਂ ਸਪੀਕਰ ਤੋਂ ਜਿਹੜੀ ਆਵਾਜ਼ ਸੁਣ ਸਕਦੇ ਹੋ ਜੀ। ਕੈਮਰਾਮੈਨ ਜੀ ਤੁਸੀਂ ਅੱਗੇ ਹੋ ਕੇ ਦਿਖਾ ਸਕਦੇ ਹੋ ਕੀ ਗੱਲਬਾਤ ਹੋ ਰਹੀ ਹੈ। ਲਾਲ ਸਲਾਮ, ਲਾਲ ਸਲਾਮ, ਹੈਲੋ, ਸਪੀਕਰ ਦਾ ਮੂੰਹ ਕਹਿੰਦੇ ਘੁਮਾਉਣਾ ਤਾਂ ਕਿ ਸੇਕ ਥੋੜਾ ਜਿਹਾ ਲੱਗੇ ਵਿਚਾਰਾਂ ਦਾ ਜੀ। ਆਟੋ ਨੂੰ ਪਰਮਿਸ਼ਨ ਮਿਲ ਰਹੀ ਹੈ ਜੀ, ਆਟੋ ਅੰਦਰ ਜਾ ਰਹੀ ਹੈ, ਕਿਉਂਕਿ ਜਿਵੇਂ ਪਹਿਲਾਂ ਵੀ ਦੱਸਿਆ ਕਿ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਹੋਵੇਗਾ ਔਰ ਸਿਰਫ ਬੁਲਾਰੇ ਆਪਣੇ ਪੱਖ ਰੱਖਣਾ ਚਾਹੁੰਦੇ ਨੇ, ਬੁਲਾਰੇ ਹੋਰ ਜੋਸ਼ ਭਰਨਾ ਚਾਹੁੰਦੇ ਨੇ, ਜਾਗਰੂਕ ਕਰਨਾ ਚਾਹੁੰਦੇ ਨੇ,
ਸਪੀਕਰ ਜਿਹੜਾ ਅੰਦਰ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ ਜੀ। ਲਓ ਜੀ ਲਓ ਦਰੀ ਲਓ ਲਓ ਯਾਰ ਦਰੀ ਲਓ ਫੜ ਜਾ ਭਾਈ ਦਰੀਆਂ ਸਿੱਟੋ ਸੋ ਤੁਸੀਂ ਹੁਣ ਦੇਖ ਰਹੇ ਹੋ ਤਸਵੀਰਾਂ 'ਚ ਕਿ ਦਰੀਆਂ ਇੱਥੇ ਹੀ ਵਿਛਾਈਆਂ ਜਾਣਗੀਆਂ। ਜਿਵੇਂ ਮੈਂ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਹੋਵੇਗਾ ਅੱਜ, ਪੱਤਾ ਵੀ ਨਹੀਂ ਤੋੜਿਆ ਗਿਆ ਪਿਛਲੇ 3-4 ਮਹੀਨੇ ਤੋਂ, ਔਰ ਉਸੇ ਚੀਜ਼ ਨੂੰ ਬਰਕਰਾਰ ਰੱਖਿਆ ਜਾਵੇਗਾ ਬੜੀ ਨੈਤਿਕਤਾ ਦੇ ਨਾਲ। ਜਿਹੜਾ ਇਹ ਰੋਸ ਮਾਰਚ ਨਿਕਲਿਆ ਅਤੇ ਉਹ ਆਪਣੀ ਜਿਹੜੀ ਆਵਾਜ਼ ਹੈ ਬੜੀ ਨੈਤਿਕਤਾ ਦੇ ਨਾਲ, ਬੜੇ ਸੰਜਮ ਨਾਲ, ਬੜੇ ਠੰਬੇ ਨਾਲ ਆਵਾਜ਼ ਰੱਖੀ ਜਾਵੇਗੀ। ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਔਰ ਸਪੀਕਰ ਆ ਉਹ ਇਹ ਬੇਨਤੀ ਕੀਤੀ ਗਈ ਸੀ ਕਿ ਸਪੀਕਰ ਤੁਹਾਨੂੰ ਘਰ ਦੀ ਤਰਫ ਜ਼ਰੂਰ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਵਿਚਾਰ ਹੈ ਕਿ ਜੀ। ਔਰ ਅਗਰ ਕੋਈ ਡਿਸਟਰਬੈਂਸ ਆ ਰਹੀ ਹੋਵੇ ਮੈਂ ਜਿਹੜਾ ਆਡੀਅੰਸ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਕੋਆਪਰੇਟ ਤੁਹਾਨੂੰ ਵੀ ਕਰਨਾ ਪੈਣਾ। ਬੈਰੀਕੇਟ ਹੈ ਕੈਮਰਾ ਉੱਥੇ ਬੈਰੀਕੇਟ ਨੂੰ ਥੋੜਾ ਉੱਪਰ ਦਿਖਾ ਦੋ ਕਿ ਉਸ ਤੋਂ ਬੈਰੀਕੇਟ ਤੋਂ ਪਿੱਛੇ ਕਿਹੋ ਜਿਹਾ ਮਾਹੌਲ ਹੈ ਜੀ। ਕੈਮਰਾਮੈਨ ਜੀ ਸਾਹਮਣੇ ਮੇਰੇ ਖਿਆਲ ਮੈਮ ਦਾ ਘਰ ਹੈ, ਆਮ ਨੋਟ ਸ਼ੋਰ, ਬਟ ਫਿਰ ਵੀ ਜ਼ੂਮ ਇਨ ਕਰਕੇ ਦਿਖਾ ਰਹੇ ਨੇ ਔਰ ਪੁਲਿਸ ਪ੍ਰਸ਼ਾਸਨ ਹਾਂ ਪੁਲਿਸ ਪ੍ਰਸ਼ਾਸਨ ਉਹਦੇ ਘਰ ਦੇ ਬਾਹਰ ਕਹਿ ਰਹੇ ਨੇ ਮੌਜੂਦ ਹੈ, ਕਿਉਂਕਿ ਮੈਂ ਪਿੱਛੇ ਹਾਂ, ਕੈਮਰਾ ਥੋੜ੍ਹਾ ਅੱਗੇ ਤਾਂ ਮੇਰੇ ਲਈ ਵਿਜ਼ੀਬਲ ਨਹੀਂ ਹੈ ਕਿ ਔਰ ਇੱਥੇ ਜਿਹੜਾ ਧਰਨਾ ਇਹ ਲੱਗੇਗਾ, ਦਰੀਆਂ ਵਿਛਾਈਆਂ ਜਾ ਰਹੀਆਂ ਨੇ। ਔਰ ਜਿਹੜੀ ਆਡੀਅੰਸ ਸਾਡੇ ਨਾਲ ਜੁੜੀ ਹੋਈ, ਅਗਰ ਉਹਨਾਂ ਦਾ ਕੋਈ ਕੁਐਸਚਨ ਵੀ ਆ ਤੁਸੀਂ ਉਹ ਨਾਲ ਦੀ ਨਾਲ ਉਹ ਵੀ ਪੁੱਟ ਅਪ ਕਰ ਸਕਦੇ ਹੋ, ਅਤੇ ਆਪਾਂ ਜਿਹੜੇ ਬੁਲਾਰੇ ਨੇ ਕਿਸਾਨ ਆਗੂ ਨੇ ਉਹਨਾਂ ਤੋਂ ਹੀ ਪੁੱਛਦੇ ਰਹਾਂਗੇ, ਤੁਹਾਡੇ ਸਵਾਲ ਲੈਂਦੇ ਰਹਾਂਗੇ, ਉਹਨਾਂ ਦੇ ਰਿਪਲਾਈ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਅਤੇ ਜਿਵੇਂ ਅਸੀਂ ਉੱਥੋਂ ਕਹਿ ਕੇ ਹੀ ਤੁਰੇ ਸੀਗੇ ਕਿ ਸ਼ਾਂਤਮਈ ਢੰਗ ਨਾਲ ਇਹ ਪ੍ਰੋਟੈਸਟ ਹੋਣ ਵਾਲਾ ਹੈ, ਅਤੇ ਬਿਲਕੁਲ ਸ਼ਾਂਤਮਈ ਢੰਗ ਨਾਲ ਹੈ, ਪੁਲਿਸ ਪ੍ਰਸ਼ਾਸਨ ਦੀ ਵੀ ਇੱਥੇ ਸਿਫਤ ਬਣਦੀ ਹੈ ਕਿ ਉਹ ਵੀ ਬੜੀ ਠਰੰਮੇ ਨਾਲ ਉਹਨਾਂ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਕਿਸਾਨ ਬੁਲਾਰਿਆਂ ਨਾਲ, ਔਰ ਸ਼ਾਂਤਮਈ ਢੰਗ ਨਾਲ ਜਿਹੜਾ ਇਹ ਪ੍ਰੋਟੈਸਟ ਹੋਣ ਜਾ ਰਿਹਾ। ਔਰ DSP ਰਾਜਕੁਮਾਰ ਜੀ, ਹਰਲੀਨ ਜੀ ਸਾਹਮਣੇ ਨਜ਼ਰ ਆ ਰਹੇ ਨੇ, ਔਰ ਇੱਕ ਦੂਜੇ ਪਾਸੇ ਹੁਣ ਤੁਹਾਨੂੰ ਵਿਊ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਿੱਛੇ ਕਿੰਨੇ ਕਿਸਾਨ ਨੇ, ਇੱਕ ਦੂਜੇ ਪਾਸੇ ਤੁਹਾਨੂੰ ਵਿਊ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੀ। ਔਰ ਇੱਥੋਂ ਵੀ ਤੁਸੀਂ ਇੱਕ ਵਿਊ ਦੇਖ ਸਕਦੇ ਹੋ ਉੱਧਰਲੇ ਪਿਛਲੇ ਪਾਸੇ, ਜਦੋਂ ਤੁਹਾਨੂੰ ਕੈਮਰਾ ਦਾ ਸਕਰੀਨ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ, ਉੱਥੇ ਤੁਹਾਨੂੰ ਕਿਸਾਨ ਨਜ਼ਰ ਆਉਣਗੇ, ਮੀਡੀਆ ਵੀ ਸਾਰਾ ਪਹੁੰਚਿਆ ਹੋਇਆ ਨਵੇਂ ਸ਼ਹਿਰ ਦਾ, ਇਸ ਪਾਸੇ ਪੁਲਿਸ ਪ੍ਰਸ਼ਾਸਨ ਹੈ, ਸਿਵਲ ਪ੍ਰਸ਼ਾਸਨ ਵੀ ਮੌਜੂਦ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਕਿ
ਪੁਲਿਸ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਮੁਸਤੈਦ ਹੈ। ਉਹਨਾਂ ਨੇ ਕਿਹਾ ਸੀ ਸਾਡੀ ਇਹੀ ਡਿਊਟੀ ਹੈ ਕਿ ਕਿਸੇ ਨੂੰ ਵੀ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ ਔਰ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ, ਤਾਂ ਪੁਲਿਸ ਉਸ ਵਿੱਚ ਸਫਲ ਆਉਂਦੀ ਨਜ਼ਰ ਆ ਰਹੀ ਹੈ ਔਰ ਪੁਲਿਸ ਜਿਹੜਾ ਆ ਪੂਰਾ ਟੇਕ ਕੇਅਰ ਕਰ ਰਹੀ ਹੈ ਤਾਂ ਕਿ ਕਿਸੇ ਵੀ ਪਾਸੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਔਰ ਅਸੀਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਆਏ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਹਾਂ ਔਰ ਨਾਲ ਦੀ ਨਾਲ ਹੁਣ ਪਿੱਛੇ ਵੀ ਦਿਖਾਵਾਂਗੇ ਕਿ ਜਿਹੜੇ ਪਿੱਛੇ ਨੇ ਉਹਨਾਂ ਵਿੱਚ ਜੋਸ਼ ਕਿਵੇਂ ਬਰਕਰਾਰ ਹੈ, ਦਰੀਆਂ ਜਿਹੜੀਆਂ ਵਿਛਾਈਆਂ ਜਾ ਰਹੀਆਂ ਨੇ। ਥੋੜ੍ਹਾ ਸਲੋ ਬੋਲਣ ਦੀ ਕੋਸ਼ਿਸ਼ ਇਸ ਲਈ ਹੈ ਕਿਉਂਕਿ ਬਾਕੀ ਹੋਰ ਮੀਡੀਆ ਕਰਮੀ ਵੀ ਬੋਲ ਰਹੇ ਨੇ, ਉਹਨਾਂ ਦੇ ਕੋਈ ਡਿਸਟਰਬੈਂਸ ਨਾ ਹੋਵੇ, ਕੋਈ ਡਿਸਟਰੈਕਸ਼ਨ ਨਾ ਹੋਵੇ। ਦੈਟਸ ਵਾਈ ਥੋੜ੍ਹੀ ਜਿਹੀ ਮੈਂ ਵੋਇਸ ਜਿਹੜੀ ਆ ਉਹ ਜ਼ਿਆਦਾ ਹੈਵੀ 'ਚ ਨਹੀਂ ਗੱਲ ਕਰ ਰਿਹਾ ਤਾਂ ਕਿ ਕਿਸੇ ਹੋਰ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ। ਤਾਂ ਪਿੱਛੇ ਚੱਲਦੇ ਹਾਂ ਜੀ, ਪਿੱਛੇ ਗੱਲਬਾਤ ਕਰਾਂਗੇ। ਸੰਘਾ ਸਾਹਿਬ ਜੀ ਸੰਘਾ ਸਾਹਿਬ ਪਰਮਿਸ਼ਨ ਮਿਲ ਗਈ ਆ, ਹੁਣ ਇੱਥੇ ਕਿੰਨੀ ਦੇਰ ਤੱਕ ਬੈਠੋਗੇ? ਅਸੀਂ 3 ਵਜੇ ਤੱਕ ਬੈਠਾਂਗੇ। 3 ਵਜੇ ਤੱਕ ਇੱਥੇ ਸਾਡਾ ਘਰਾਓ ਕਰਾਂਗੇ ਇਹਦੇ ਘਰ ਦਾ। ਬੁਲਾਰੇ ਸਪੀਚ ਵੀ ਦੇਣਗੇ? ਹਾਂ, ਸਪੀਚ ਦੇਣਗੇ ਜੀ, ਲਗਾਤਾਰ ਕੰਟੀਨਿਊ 3 ਘੰਟੇ ਚੱਲੂਗਾ, ਜੋ ਜਿੰਨੇ ਘੰਟੇ 3 ਵਜੇ ਤੱਕ। ਸੁਣਨ 'ਚ ਆਇਆ ਸੀ ਕਿ ਬੈਂਸ ਸਾਹਿਬ ਵੀ ਵਾਪਸ ਆ ਗਏ ਨੇ? ਬੈਂਸ ਸਾਹਿਬ ਆ ਗਏ ਆ, ਅਫਸੋਸ 'ਤੇ ਉਹ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਆਪਣਾ ਥਾਣੇ, ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਆ, ਉਹ ਵਾਪਸ ਆ ਗਏ ਇੱਥੇ 2 ਘੰਟੇ ਤੱਕ। ਪੂਰਾ ਭਾਰਤ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ, ਪੂਰਾ ਇੰਟਰਨੈਸ਼ਨਲ ਮੀਡੀਆ ਸ਼ਰਧਾਂਜਲੀ ਭੇਟ ਕਰ ਰਿਹਾ, ਪਰ ਖਦਸ਼ਾ ਇਹੀ ਹੈ ਕਿ ਬੀਜੇਪੀ ਸਰਕਾਰ ਹਾਲੇ ਵੀ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ। ਹਾਂਜੀ ਬਿਲਕੁਲ ਜੀ, ਇਹਨੇ ਤਾਂ ਖਬਰ ਨਹੀਂ, ਮੋਦੀ ਨੇ ਖਬਰ ਨਹੀਂ ਦਿੱਤੀ। ਅਬਾਨੀਆਂ ਅਡਾਨੀਆਂ ਦੇ ਇੱਕ ਉਹਨਾਂ ਦੇ ਬੱਚਾ ਹੋਇਆ, ਉਹਨੂੰ ਵਧਾਈਆਂ ਦੇਣ ਚਲੇ ਗਿਆ, ਅਤੇ ਜਿੰਨੇ ਸਾਡੇ 30-35 ਸਾਡੇ ਸ਼ਹੀਦ ਹੋ ਗਏ, ਹੁਣ ਇੱਕ ਵਾਰੀ ਆਪਣੇ ਮੂੰਹ ਚੋਂ ਆਵਾਜ਼ ਨਹੀਂ। ਬਿਆਨ ਇਹਨਾਂ ਦੇ ਉਦੋਂ ਵੀ ਆਉਂਦੇ ਜਿਹਨਾਂ ਦੀ ਗੱਡੀ ਨੂੰ ਝਰੀਟ ਵੀ ਲੱਗ ਜਾਵੇ ਤਾਂ ਇਹ ਕਹਿੰਦੇ ਨੇ ਇੰਟਰਨੈਟ ਖੜਕਾ ਦੇਣਗੇ। ਸਾਡੇ 40-45 ਸ਼ਹੀਦ ਹੋ ਗਏ ਨੇ, ਇੱਕ ਵਾਰ ਵੀ ਕੋਈ ਵੀ ਜੀ ਪਿਆਰ ਦਾ ਵੀ ਕੋਈ ਮੈਸੇਜ ਨਹੀਂ ਆਇਆ। ਹਾਂਜੀ ਹਾਂਜੀ ਬਿਲਕੁਲ ਹੀ ਨਹੀਂ, ਕਦੇ ਇੱਦਾਂ ਦਾ ਅਫਸੋਸ ਨਹੀਂ ਕੀਤਾ ਵੀ ਇਹ ਜਿਹੜੇ ਸ਼ਹੀਦ ਹੋਏ ਆ ਵੀ ਬੜੀ ਮੰਦਭਾਗੀ ਗੱਲ ਹੈ, ਇਹਨੀ ਇੱਕ ਵਾਰੀ ਵੀ ਮੂੰਹ ਚੋਂ ਉਹਨਾਂ ਦੇ ਆਵਾਜ਼ ਹੀ ਨਿਕਲੀ। ਇਸ ਕਰਕੇ ਅਸੀਂ ਇਹਨਾਂ ਦਾ ਪੱਕਾ ਵਿਰੋਧ ਹੈ ਸਾਡਾ, ਇਹਨਾਂ ਨੂੰ ਇਹ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਨਸਾਨ ਨਹੀਂ ਸਮਝਦੇ। ਇਸ ਕਰਕੇ ਜੇ ਅਡਾਨੀਆਂ ਬਾਨੀਆਂ ਦੇ ਬੱਚਾ ਹੁੰਦਾ ਤਾਂ ਸਾਰੇ ਚੱਲ ਜਾਂਦੇ ਆ, ਵਧਾਈਆਂ ਦੇਣ ਜਾਂਦੇ, ਤਾਂ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਨਹੀਂ ਪੁੱਛਦਾ। ਉੱਥੇ ਵੀ ਸਾਡੇ ਕਿਸਾਨ ਮਜ਼ਦੂਰ ਬੈਠੇ ਠੰਡ ਵਿੱਚ, ਉਹਨਾਂ ਦੀ ਅੱਜ ਤੱਕ ਕਿਸੇ ਨੇ ਖਬਰ ਨਹੀਂ ਲਈ ਤੁਸੀਂ ਕਿੱਦਾਂ ਹੈ। ਇੱਕ ਦੁਖਦਾਈ ਗੱਲ ਹੋਰ ਮੈਂ ਤੁਹਾਨੂੰ ਵੈਸੇ ਸ਼ੇਅਰ ਕਰਦਾ, ਕੱਲ੍ਹ ਇੱਕ ਫੌਜੀ ਵੀਰ ਜਿਹੜੇ ਦਿੱਲੀ ਵੱਲ ਰਵਾਨਾ ਹੋਏ ਨੇ, ਉਹ ਰਿਟਾਇਰਡ ਨੇ, ਕਹਿੰਦੇ ਮੈਂ 17 ਸਾਲ ਜੋਬ ਕੀਤੀ ਹੈ। ਮੈਂ ਉਹਨਾਂ ਤੋਂ ਸਵਾਲ ਪੁੱਛਿਆ ਸੀ ਕਿ ਅਥਰੂ ਗੈਸ ਜਿਹੜੀ ਸਿੱਟਣੀ ਹੈ ਜਾਇਜ਼ ਆ ਇਹ ਸੰਵਿਧਾਨ 'ਚ ਲਿਖਿਆ? ਉਹ ਕਹਿੰਦੇ ਬਿਲਕੁਲ ਗਲਤ ਹੈ, ਉਹ ਅਥਰੂ ਗੈਸ ਬੰਦੇ ਨੂੰ ਅੰਨਾ ਤੱਕ ਕਰ ਸਕਦੀ। ਔਰ ਸਾਡੇ ਜਿਹੜੇ ਬਜ਼ੁਰਗ ਬੈਠੇ ਨੇ, ਕਈਆਂ ਦੀ ਮੈਂ ਇੰਟਰਵਿਊ ਸੁਣੀ ਆ, ਉਹ ਕਹਿੰਦੇ ਮੇਰੇ ਅੱਖ ਨਹੀਂ ਅੱਪੜਦੀ ਪਈ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜਿਹੜੀ ਅਥਰੂ ਗੈਸ ਲੋਕਾਂ ਪਰ ਸਿੱਟਣੀ ਬਹੁਤ ਮਾੜੀ ਗੱਲ ਹੈ। ਦੇਖੋ ਜੇ ਅਥਰੂ ਗੈਸ ਇੱਦਾਂ ਦੀ ਭੈੜੀ ਚੀਜ਼ ਹੈ, ਬੰਦੇ ਦੀ ਨਿਗਾਹ ਵੀ ਜਾ ਸਕਦੀ ਉਹਦੇ ਨਾਲ। ਅਥਰੂ ਗੈਸ ਦਾ ਮਤਲਬ ਜੇ ਜ਼ਿਆਦਾ ਜ਼ਿਆਦਾ ਪ੍ਰੋਬਲਮ ਜ਼ਿਆਦਾ ਤੇ ਦੁਨੀਆ ਪਲਟਣ ਲੱਗੀ ਹੈ ਤਾਂ ਅਥਰੂ ਗੈਸ ਸਿੱਟਣ, ਇੱਦਾਂ ਕਿਸਾਨਾਂ ਮਜ਼ਦੂਰਾਂ ਪਰ ਕਿਹਾ ਕਿ ਅਥਰੂ ਗੈਸ ਸਿੱਟਣੀ ਹੈ, ਇਹ ਆਪਣੀਆਂ ਨਾਲੇ ਉਹਨਾਂ ਲਈ ਜਿਹੜੇ ਸ਼ਾਂਤਮਈ ਢੰਗ ਨਾਲ ਜਿਵੇਂ ਵਾਰ ਵਾਰ ਕਹਿੰਦੇ ਕਿ ਪੱਤਾ ਤੱਕ ਨਹੀਂ ਤੋੜ ਰਹੇ। ਹਾਂਜੀ ਬਿਲਕੁਲ ਬਿਲਕੁਲ, ਸ਼ਾਂਤਮਈ ਨਾਲ ਰਹਿੰਦੇ ਉੱਥੇ ਆਪਣੇ ਜਿੱਥੇ ਉਹ ਲੋਕ ਉੱਥੇ ਤੇ ਵੀ ਹੈ, ਉਹ ਵੀ ਸਾਰੇ ਕਹਿੰਦੇ ਆ, ਸਿਫਤ ਕਰਦੇ ਆ। ਉਹ ਕਹਿੰਦੇ ਅੱਗੇ ਅਸੀਂ 11 ਵਜੇ ਦੁਕਾਨਾਂ ਨਾ ਖੋਲ ਦਿੰਦੇ ਰਾਤ ਨੂੰ, ਹੁਣ ਰਾਤ ਨੂੰ 11 ਵਜੇ ਤੱਕ ਦੁਕਾਨਾਂ ਖੋਲਦੇ ਆ ਉਹ। ਦਿੱਲੀ ਵਾਲੇ ਤਾਂ ਆਪ ਕਹਿੰਦੇ ਕਿ ਮੋਦੀ ਸਾਹਿਬ ਮੰਨ ਜਾਓ, ਸਰਦਾਰਾਂ ਨੇ ਹਾਰ ਕੇ ਨਹੀਂ ਜਾਣਾ, ਜਿੱਤ ਕੇ ਜਾਣਾ। ਬਿਲਕੁਲ ਬਿਲਕੁਲ, ਜਿੱਤ ਕੇ ਆਉਣਾ ਜੀ। ਇੱਥੇ ਦੇ ਲੋਕਾਂ ਨੂੰ ਜਿੰਨੇ ਵੀ ਸਾਡੇ ਭਰਾ ਹੈ, ਜਿੰਨੇ ਵੀ ਸੁਣਦੇ ਆ, ਉਹ ਦਿੱਲੀ ਵੱਲ ਨੂੰ ਕੂਚ ਕਰਨ, ਕੋਈ ਗੱਲ ਨਹੀਂ, ਜਾਣ ਆਉਣਾ ਬਣਿਆ ਵਾ। ਜੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ ਵਾਪਸ ਆ ਜਾਵੇ, ਜੇ ਨਹੀਂ ਜ਼ਰੂਰੀ। ਮੈਂ ਇੱਕ ਰਿਪੋਰਟ ਵੀ ਪੜ੍ਹ ਰਿਹਾ ਸੀ, ਕਹਿੰਦੇ ਹੁਣ 2-3 ਦਿਨਾਂ 'ਚ 30,000 ਜਿਹੜੇ ਲੋਕ ਆ ਫਿਰ ਦਿੱਲੀ ਵੱਲ ਕੂਚ ਕਰਨਗੇ, 15,000 ਪੰਜਾਬ ਤੋਂ, 15,000 ਹਰਿਆਣੇ ਵੱਲ ਤੋਂ, ਯੂਪੀ ਬਿਹਾਰ ਤੋਂ ਤਾਂ ਬਹੁਤ। ਯੂਪੀ ਤੋਂ ਤੁਹਾਨੂੰ ਪਤਾ ਸ਼ਾਇਦ ਦੇਖਿਆ ਹੋਣਾ ਖਬਰਾਂ, ਅਤੇ ਉੱਥੋਂ ਆਪਣੀਆਂ ਗੱਡੀਆਂ ਰਾਹੀਂ ਟਰੈਕਟਰਾਂ ਰਾਹੀਂ ਯੂਪੀ 'ਚੋਂ ਆ ਰਹੇ ਆ। ਤਕਰੀਬਨ ਇੱਥੋਂ ਵੀ ਅੱਜ ਵੀ
ਸਵੇਰ ਦੀਆਂ 10-12 ਗੱਡੀਆਂ ਸਾਡੇ ਉੱਥੇ ਮੌਲ ਦੇ ਮੋਹਰੇ ਘੇਰਿਆ ਵਾ, ਸਮਾਰਟ ਮੋਹਰੇ, ਉਹਦੇ ਮੋਹਰੇ ਅਸੀਂ ਘੱਟ ਤੋਂ ਘੱਟ 7-8 ਗੱਡੀਆਂ ਮੌਲ ਦੇ ਮੋਹਰੇ ਭੇਜੀਆਂ, ਬਾਕੀ ਰੋਕ ਲੈਣ ਜਾ ਕੇ ਲੈਣ ਪਹੁੰਚਾਉਂਦੇ ਆ। ਅਸੀਂ ਵੀ ਕੱਲ੍ਹ ਦੇਖਿਆ 2-2 ਟਰਾਲੀਆਂ ਟਰੈਕਟਰ ਮਗਰ ਪਾ ਕੇ ਸਾਰੇ ਉੱਧਰ ਵੱਲ ਰਵਾਨਾ ਹੋ ਰਹੇ ਨੇ ਜੀ, ਜਾ ਰਹੇ ਆ ਸਭ ਲੋਕ। ਬਹੁਤ ਸਾਰੇ ਲੋਕਾਂ ਦਾ ਧੰਨਵਾਦ ਹੈ, ਇਹ ਸਾਰਿਆਂ ਲੋਕਾਂ ਦੀ ਧੰਨਵਾਦ ਕਰਦਾ, ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਸਾਨੂੰ ਜਾਣਾ ਚਾਹੀਦਾ। ਬਿਲਕੁਲ, ਆਪਣੀ ਹੋਂਦ ਦੀ ਲੜਾਈ, ਆਪਣੀ ਜ਼ਮੀਰ ਦੀ ਲੜਾਈ ਹੈ, ਜ਼ਮੀਨ ਦੀ ਲੜਾਈ ਨਹੀਂ ਹੈ। ਹੁਣ ਕੋਈ ਜ਼ਮੀਨ ਦੀ ਲੋੜ ਨਹੀਂ ਹੈ, ਹੁਣ ਤਾਂ ਆਪਣੀ ਜ਼ਮੀਰ ਹੈ, ਜਿਸ ਬੰਦੇ ਜ਼ਮੀਰ ਹੈ ਉਹ ਉੱਥੇ ਸਿੱਧਾ ਜਾਊਗਾ, ਜ਼ਮੀਨ ਦੀ ਕੋਈ ਗੱਲ ਨਹੀਂ ਹੈ। ਅੱਛਾ, ਇੱਕ ਇੱਕ ਲਾਸਟ ਸਵਾਲ, ਕਿਉਂਕਿ ਤੁਸੀਂ ਸਾਰੇ ਅਰੇਂਜਮੈਂਟਸ ਕਰਨੇ ਆ, ਮੋਦੀ ਸਾਹਿਬ ਨੂੰ ਇੰਨਾ ਔਖਾ ਕਿਉਂ ਹੋ ਗਿਆ? ਤੁਸੀਂ ਉੱਥੋਂ ਦੇਖੋ ਚੱਲ ਕੇ ਇੱਥੇ ਤੱਕ ਆ ਗਏ ਆ, ਉਹਨਾਂ ਦੇ ਵੀ ਘਰ ਤੋਂ ਇੰਨੀ ਕੁ ਦੂਰੀ ਹੋਊਗੀ, ਉਹ ਕਿਉਂ ਨਹੀਂ ਧਰਨੇ 'ਤੇ ਆ ਜਾਂਦੇ? ਉਹਨੇ ਹੁਣ ਕਿੱਦਾਂ ਆਊਗੇ? ਉਹ ਕਾਰਪੋਰੇਟ ਸਰਾਮ ਜਿਹੜੇ ਘਰਾਣੇ ਆ ਉਹ ਵਿਕੇ ਹੋਏ ਖਰੀਦੇ ਹੋਏ। ਜਿਹੜਾ ਚੌਂਕੀਦਾਰ ਜਿਹੜਾ ਕਹਿੰਦੇ ਸੀ ਕੱਲ੍ਹ ਮੈਂ ਚੌਂਕੀਦਾਰ ਭਾਰਤ ਦਾ, ਹੁਣ 2 ਘਰਾਣੇ ਦਾ ਚੌਂਕੀਦਾਰ ਹੋ ਗਿਆ? ਨਾ ਜੀ, ਚੌਂਕੀਦਾਰ ਕਾਹਨੂੰ ਚੋਰ ਆ, ਚੌਂਕੀਦਾਰ ਥੋੜੋ ਹੈ। ਜੇ ਚੌਂਕੀਦਾਰ ਨੂੰ ਤਾਂ ਸਾਡੀ ਪੁੱਛਦਾ, ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਪੁੱਛਦਾ, ਠੀਕ ਹੈ, ਉਹ ਤਾਂ ਚੋਰ ਹੈ। ਚੌਂਕੀਦਾਰ ਥੋੜੋ, ਉਹਨੂੰ ਚੌਂਕੀਦਾਰ ਕੌਣ ਕਹਿੰਦਾ ਹੈ? ਇਹ ਚੋਰ ਹੈ, ਇਸ ਕਰਕੇ ਅਸੀਂ ਚੌਂਕੀਦਾਰ ਚੋਰ ਕਹਿੰਦੇ ਹਾਂ। ਦੂਸਰੀ ਗੱਲ ਹੈ, ਜਿੰਨੇ ਵੀ ਇੱਥੇ ਸਾਡੇ ਕਿਸਾਨ ਭਰਾ ਬੈਠੇ ਆ, ਅਸੀਂ ਉਹਨਾਂ ਨੂੰ, ਸਾਨੂੰ ਬੜਾ ਦੁੱਖ ਹੈ, ਕਿਉਂਕਿ ਉਹ ਠੰਡ ਵਿੱਚ ਹੈ, 70-70, 75 ਸਾਲ ਦੇ ਬੈਠੇ, ਟੈਂਪਰੇਚਰ ਹੈ, ਬਿਲਕੁਲ ਬਿਲਕੁਲ ਜੀ, ਵੀ ਚਲੇ ਜਾਂਦੇ, ਹਾਂਜੀ ਹਾਂਜੀ, ਕੜਾਕੇ ਦੀ ਠੰਡ ਹੈ, ਹੱਡਾਂ ਨੂੰ ਜੋੜਨ ਵਾਲੀ, ਬਿਲਕੁਲ ਬਿਲਕੁਲ ਬਿਲਕੁਲ। ਔਰ ਜਿਹੜੇ ਉੱਥੇ ਬਜ਼ੁਰਗ ਬੈਠੇ ਨੇ, ਮੱਥੇ ਤੇ ਕੋਈ ਸ਼ਿਕਰ ਨਹੀਂ ਹੈ? ਨਾ ਜੀ, ਕੋਈ ਫਿਕਰ ਨਹੀਂ, ਉਹ ਕਹਿੰਦੇ ਮਰ ਜਾਵਾਂਗੇ, ਜਾਣਾ ਨਹੀਂ ਹੈ, ਹੁਣ ਇੱਥੇ ਤੱਕ ਆਸ ਹੈ ਉਹਨਾਂ ਦੀ, ਉਹ ਨਹੀਂ ਰੱਖੇ ਹੋ ਆਪਣੀ ਗੱਲ ਕਹਿ ਕੇ ਬੈਠੇ ਨੇ ਕਿ ਜਿੱਤ ਕੇ ਜਾਣਾ ਉਹ ਨਹੀਂ ਜਾਣਾ। ਹਾਂਜੀ ਹਾਂਜੀ, ਨਹੀਂ ਜਾਣਾ ਉਹ, ਬਿਲਕੁਲ ਨਹੀਂ ਆਉਣ ਨੂੰ ਤਿਆਰ, ਜਿਹੜੇ ਇੱਥੋਂ ਜਾਂਦੇ ਉਹ ਵੀ ਨਹੀਂ ਆਉਣ ਨੂੰ ਤਿਆਰ। ਚਲੋ, ਬਹੁਤ ਸ਼ੁਕਰੀਆ ਸੰਘਾ, ਉਹਨਾਂ ਦਾ ਬਹੁਤ ਯੋਗਦਾਨ ਹੈ, ਔਰ ਅਗਲੀ ਜੀ ਕਰਾਂਗੇ, ਅਗਲੀ ਜੀ, ਠੀਕ ਠੀਕ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਫਿਰ ਗੱਲ ਕਰਦੇ ਹਾਂ।